ਅਸੀਂ ਜਦੋਂ ਵੀ ਅੜੇ ਆ ਜ਼ਬਰਦਸਤੀ ਦੇ ਅਗੇਂਸਟ ਲੜੇ ਆ ਤੋ ਜ਼ਬਰਦਸਤੀ ਸਾਡੇ ਤੇ ਕੋਈ ਬਿੱਲ ਨਾ ਥੋਪੋ ਕਿਸਾਨ ਦੇ ਮੁੱਦੇ ਕਿਸਾਨ ਦੀ ਮੁਸ਼ਕਲ ਨੂੰ ਹੱਲ ਕਰੋ ਥੋਪਣ ਦੀ ਕੋਸ਼ਿਸ਼ ਨਾ ਕਰੋ ਸਭ ਤੋਂ ਇੰਪੋਰਟੈਂਟ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਮੈਂ ਬੇਨਤੀ ਕਰਾਂਗਾ ਇੱਕ ਇੱਕ ਹੱਥ ਉੱਠੇਗਾ ਤੇ ਸਮਝ ਆਏਗੀ ਕਿੰਨੇ ਲੋਕ ਅਸੀਂ ਇਕੱਠੇ ਆ ਇੱਕ ਨੁਕਤਾ ਕਿ ਸਾਡੀ ਸਿੱਖ ਕੌਮ ਦੀ ਪਹਿਚਾਣ ਕੀ ਹੈ सिख कौम कली सिख कौम की गल नहीं सिख कौम का मतलब पूरा पंजाब पूरी पंजाबीयत सिख कौम पंजाबीयत नूं रिप्रेजेंट करती है। मैं निक्की जी गल दसन लगा कि जिदन गुरु नानक साहब बाल अवस्था दे विच सी जदों उन्हां नूं पांडा जनेऊ पाउण लगा सी ते गुरु नानक साहब अड़ गए सी गुरु नानक साहब पांडे नूं रोकदे आ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਅੜੀਅਲ ਸੀ ਇਹ ਨਹੀਂ ਕਿ ਬਾਬਾ ਨਾਨਕ ਆਪਣੇ ਬਜ਼ੁਰਗਾਂ ਦੀ ਆਪਣੇ ਵੱਡਿਆਂ ਦੀ ਗੱਲ ਨਹੀਂ ਸੀ ਮੰਨਣਾ ਚਾਹੁੰਦੇ ਇਹ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਆਪਣੇ ਪਰਿਵਾਰਾਂ ਦੀਆਂ ਰੋਹ ਰੀਤਾਂ ਤੋਂ ਮੁਨਕਰ ਸਨ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਵੱਡਿਆਂ ਦੀ ਇੱਜ਼ਤ ਨਹੀਂ ਸੀ ਕਰਦੇ ਇਹ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਦੇ ਮਨ 'ਚ ਇਹ ਸੀ ਕਿ ਮੈਂ ਵਿਰੋਧ ਕਰਨਾ ਗੁਰੂ ਨਾਨਕ ਸਾਹਿਬ ਨੇ ਤਰਕ ਤੇ ਗੱਲ ਕੀਤੀ गुरु नानक साहब ने जनेऊ पाउण तो पहला पांडे नूं रोकिया पांडे नूं रोकिया गुरु नानक साहब ने वड्डियां नूं बजुर्गां नूं पांडे नूं घरदियां नूं सवाल कीता सी बड़ी निम्रता नाल कि दया कपाह संतोख सूत जत गंढी सत वट दया कपाह संतोख सूत जत गंढी सत वट एहो जनेऊ जी का हई तां पांडे घट दया दी कपाह होवे सबर संतोख दा सूत वटिया होवे दया दी कपाह संतोख सूत सबर संतोख दा सूत वटिया होवे जत गंढी जिन्हों जत सत दी गंढ वजी होवे जेड़ा मैनू अपने जाबते च रखे ओ जनेऊ पा सो क्योंकि उदों जबरदस्ती जनेऊ पाए जांदे सी ते गुरु नानक साहब ने रोक दिता कि नहीं पाउणा हुण ओही गद्दी नौवें पातशाह गुरु तेग बहादुर साहब ਉਹੀ ਜਨੇਊ ਉਹੀ ਗੱਦੀ ਤੇ ਅੱਜ ਔਰੰਗਜ਼ੇਬ ਜ਼ਬਰਦਸਤੀ ਜਨੇਊ ਲਾ ਰਿਹਾ ਸੀ ਸਵਾ ਮਨ ਜਨੇਊ ਰੋਜ਼ ਉਤਾਰ ਕੇ ਸਾੜਿਆ ਜਾਂਦਾ ਸੀ ਔਰੰਗਜ਼ੇਬ ਵੱਲੋਂ ਔਰੰਗਜ਼ੇਬ ਦੀਆਂ ਫੌਜਾਂ ਵੱਲੋਂ ਤੇ ਉਦੋਂ ਲੜਾਈ ਫਿਰ ਕਿਹੜੀ ਗੱਲ ਦੀ ਸੀ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਕਿ ਮੈਂ ਜਨੇਊ ਲਾਉਣ ਨਹੀਂ ਦੇਣਾ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜਨੇਊ ਏਦਾਂ ਪਾਉਣ ਨਹੀਂ ਦੇਣਾ ਉਹੀ ਗੱਦੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਇਦਾਂ ਜਨੇਊ ਲਾਉਣ ਨਹੀਂ ਦੇਣਾ ਉਹੀ ਗੱਦੀ ਕਹਿ ਰਹੀ ਹੈ ਪਾਉਣ ਨਹੀਂ ਦੇਣਾ ਉਹੀ ਗੱਦੀ ਕਹਿ ਰਹੀ ਲਾਉਣ ਨਹੀਂ ਦੇਣਾ ਇਹਦਾ ਵਿੱਚ ਇੱਕ ਕਾਮਨ ਚੀਜ਼ ਕੀ ਸੀ ਇਹਦੇ 'ਚ ਇੱਕ ਸਾਂਝੀ ਚੀਜ਼ ਕੀ ਸੀ ਉਹ ਸੀ ਜ਼ਬਰਦਸਤੀ ਜਦੋਂ ਜ਼ਬਰਦਸਤੀ ਪਾਇਆ ਜਾ ਰਿਹਾ ਸੀ ਪਾਉਣ ਨਹੀਂ ਦਿੱਤਾ ਜਦੋਂ ਜ਼ਬਰਦਸਤੀ ਲਾਇਆ ਜਾ ਰਿਹਾ ਸੀ ਉਦੋਂ ਲਾਉਣ ਨਹੀਂ ਦਿੱਤਾ ਇੱਥੋਂ ਹੀ ਐਗਜ਼ਾਮਪਲ ਲੈ ਲਿਓ ਕਿ ਅਸੀਂ ਜਦੋਂ ਵੀ ਅੜੇ ਆ ਜ਼ਬਰਦਸਤੀ ਦੇ ਅਗੇਂਸਟ ਲੜੇ ਆ ਜ਼ਬਰ ਦੇ ਅਗੇਂਸਟ ਲੜੇ ਆ ਸੋ ਜ਼ਬਰਦਸਤੀ ਸਾਡੇ ਤੇ ਕੋਈ ਬਿੱਲ ਨਾ ਥੋਪੋ ਜ਼ਬਰਦਸਤੀ ਸਾਡਾ ਭਲਾ ਕਰਨ ਦੀ ਕੋਸ਼ਿਸ਼ ਨਾ ਕਰੋ ਇਸੇ 'ਚ ਹੀ ਸਾਰਿਆਂ ਦਾ ਭਲਾ ਹੈ ਜੇ ਸਾਰਿਆਂ ਦਾ ਇਸ ਮੁਲਕ ਦਾ ਸਾਡੇ ਸੂਬੇ ਦਾ ਸਾਡੇ ਲੋਕਾਂ ਦਾ ਸਾਡੇ ਆਵਾਮ ਦਾ ਸਾਡੇ ਪਰਿਵਾਰਾਂ ਦਾ ਸਾਡੀ ਕਿਸਾਨੀ ਦਾ ਭਲਾ ਚਾਹੁੰਦੇ ਹੋ ਤੇ ਜ਼ਬਰਦਸਤੀ ਭਲਾ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਦੁਨੀਆ ਇਹ ਸ੍ਰਿਸ਼ਟੀ ਜਿਸ ਖੂਬਸੂਰਤੀ ਨਾਲ ਚੱਲ ਰਹੀ ਹੈ ਇਹਨੂੰ ਚੱਲਣ ਦਿਓ ਇਸ ਪਿਆਰ ਨਾਲ ਇਹ ਦੁਨੀਆ ਸੰਸਾਰ ਚੱਲਣ ਦਿਓ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਨੂੰ ਕਿ ਇਹ ਜ਼ੁਲਮ ਜ਼ਬਰ ਦੀ ਭਾਸ਼ਾ ਬੋਲਣੀ ਬੰਦ ਕਰੋ ਮੁਹੱਬਤ ਦੀ ਭਾਸ਼ਾ ਤੇ ਆਓ ਗੱਲਬਾਤ ਦੀ ਭਾਸ਼ਾ ਤੇ ਆਓ ਕਿਸੇ ਨੂੰ ਕਨਵਿੰਸ ਕਰੋ ਉਹਨੂੰ ਦੱਸੋ ਕਿ ਕੀ ਅਸੀਂ ਚਾਹੁੰਦੇ ਹਾਂ ਕੀ ਕਰਨਾ ਚਾਹੁੰਦੇ ਹਾਂ ਜੇ ਤੁਹਾਡੀ ਗੱਲ ਉਹਨੂੰ ਜੱਚਦੀ ਹੈ ਉਹ ਜ਼ਰੂਰ ਮੰਨੇਗਾ ਪਰ ਜੇ ਉਹਦੀ ਗੱਲ ਤੁਸੀਂ ਨਹੀਂ ਸੁਣਦੇ ਤੁਹਾਡੇ ਅੰਦਰ ਮਾਦਾ ਹੀ ਨਹੀਂ ਕਿ ਉਹਦੀ ਗੱਲ ਸੁਣ ਕੇ ਉਹਦੀ ਪ੍ਰੋਬਲਮ ਸੁਣ ਕੇ ਹੱਲ ਕੱਢ ਸਕੀਏ ਤੇ ਮਤ ਸੋਚੋ ਕਿ ਜ਼ੁਲਮ ਜ਼ਬਰ ਦੀ ਉਮਰ ਬਹੁਤੀ ਹੁੰਦੀ ਹੈ ਉਹ ਆਉਂਦਾ ਜ਼ਰੂਰ ਹੈ ਹਵਾਈ ਵਾਂਗੂ ਛੂ ਕਰਕੇ ਉੱਪਰ ਜਾਂਦਾ ਤੁਸੀਂ ਦੀਵਾਲੀ ਤੇ ਦੇਖਿਆ ਹੋਣਾ ਉੱਥੇ ਜਾ ਕੇ ਪਟਾਕਾ ਪੈ ਜਾਂਦਾ ਤੇ ਫਿਰ ਜਾਂਦੀ ਹਵਾਈ ਵੱਲ ਸਾਰੇ ਵੇਖਦੇ ਆ ਡਿੱਗਦੇ ਤੀਲੇ ਵੱਲ ਕੋਈ ਨਹੀਂ ਵੇਖਦਾ ਵੀ ਡਿੱਗ ਕੇ ਕਿੱਥੇ ਡਿੱਗਾ ਤੀਲਾ ਸੋ ਬੇਨਤੀ ਹੈ ਕਿ ਜ਼ੁਲਮ ਜ਼ਬਰ ਦੀ ਇੱਕ ਅਹਦ ਹੁੰਦੀ ਇੰਤਹਾ ਹੁੰਦੀ ਹੈ ਇਹਨੂੰ ਇੱਥੇ ਮੁੱਕ ਲੈਣ ਦਿਓ ਕਿਸਾਨ ਦਾ ਦਰਦ ਸਮਝੋ ਕਿਸਾਨ ਦੀ ਪੀੜ ਨੂੰ ਸਮਝੋ ਕਿਸਾਨ ਦੇ ਮੁੱਦੇ ਕਿਸਾਨ ਦੀ ਮੁਸ਼ਕਲ ਨੂੰ ਹੱਲ ਕਰੋ ਥੋਪਣ ਦੀ ਕੋਸ਼ਿਸ਼ ਨਾ ਕਰੋ ਤੇ ਲਾਸਟ ਤੇ ਫਿਰ ਪਹਿਲੇ ਵਾਲੀ ਹੱਥ ਜੋੜ ਕੇ ਬੇਨਤੀ ਕਰਾਂਗਾ ਇਹ ਸੰਘਰਸ਼ ਲੰਮਾ ਚੱਲ ਸਕਦਾ ਇਹਨੂੰ ਏਦਾਂ ਅੜਨ ਨਾ ਦਿਓ ਇਹਨੂੰ ਖੜਨ ਨਾ ਦਿਓ ਸੰਘਰਸ਼ ਨੂੰ ਔਰ ਸਭ ਤੋਂ ਇੰਪੋਰਟੈਂਟ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ ਅਸੀਂ
एक अद्धी रागां दे विच बख्शिश कीती हुई उस गुरबाणी नूं मन्नण वाले लोक आ। तुहानूं पता होणा कि गुरबाणी दा जिन्ना भी जिन्ने रागां च लिखी गई है, 31 रागां दे विच लिखी गुरबाणी है। असीं उहनूं मन्नण वाले उहदे उपासक लोक आ, असीं उहदी उपासना आराधना उहदे सजदे च रहण वाले लोक आ। ते मैं पंजाब दीआं इन्हां किसान जथेबंदियां नूं, 31 जथेबंदियां नूं बेनती करदा कि उस साहब सच्चे पातशाह दा ओट आसरा लैके इसे तरह इकट्ठे होके संघर्ष की राह ते चलते रहो। ते लास्ट ते नारा बुलंद करदे आ, मजदूर किसान एकता, मजदूर किसान एकता। थक गए नौजवानों, बुजुर्गों के हाथ खड़े है, नारे बुलंद कर रहे हैं। बेटा इनू एक ना समझो कि हाथ है कि नाम ही करांगा तो की हो जाना। जे इस वेले भी सामने 400 लोग बैठे है ना, ये हौली हौली शाम तक देखियो हजारों की गिनती हो जाने। मैं अगे जाना सी इस करके जाना पै रहा क्योंकि अज साडे पंजाब दे बड़े वड्डे लेफ्टिनेंट जनरल विक्रम सिंह दा स्टैचू अनरवील होना, उन्होंने इत्थे अज खोलना, उन्होंने रिवील होना जो थे। सो मैं उत्थे जाना सी, नहीं तो होर रुक दे तुहाडे कोल, पर मैं बेनती करांगा एक एक हाथ उठेगा ते समझ आएगी किन्ने लोग असीं इकट्ठे आ। इसे हाथ च मोबाइल फड़ के भी सारा दिन लगे रहने कि नहीं ना थकदा, ये हाथ थकन नहीं देना। किसान मजदूर एकता, किसान मजदूर एकता। बहुत बहुत शुक्रिया। इसे तरह मैं कहना जेड़े सामने खड़े है वह भी सज्जन आके सामने बैठो ताकि हुण तुहाडा लाइव टैलीकास्ट शुरू हो गया, पता लग सके कि असीं किवें सारे जुड़े हुए हैं, किवें सारे इकट्ठे हैं। आके सारे सामने बैठो, बहुत शुक्रिया, मेहरबानी। जित तुहाडी है, कामयाबी तुहाडी है, इस गल च कोई शक नहीं। जिंदाबाद। अकाल चैनल नूं सबस्क्राइब करो, नवी वीडियोस दी नोटिफिकेशन दे लई बैल आइकन नूं क्लिक करना ना भुलना। बोल।